ਸੂਬੇ ਚੋਣਾਂ ਮੁਕੰਮਲ ਹੋਈਆਂ ਨੇ ਔਰ ਪਟਿਆਲੇ ਚ ਪਿਕਚਰ ਕੀ ਹੋਈ ਹੈ, ਗੱਲਬਾਤ ਕਰ ਲੈਂਦੇ ਹਾਂ ਡਾਕਟਰ ਧਰਮਵੀਰ ਗਾਂਧੀ, ਕਾਂਗਰਸ ਦੇ ਮੈਂਬਰ, ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ। ਡਾਕਟਰ ਸਾਹਿਬ, ਕੀ ਸਿਨੈਰੀਓ ਦੇਖਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਮੇ ਹੋ? ਜੀ, ਲੋਕਾਂ ਚ ਗਰਮੀ ਦੇ ਬਾਵਜੂਦ ਸਵੇਰੇ ਲੰਬੀਆਂ ਲਾਈਨਾਂ ਲੱਗ ਗਈਆਂ ਸੀਗੀਆਂ ਪਿੰਡਾਂ ਦੇ ਸ਼ਹਿਰਾਂ ਚ, ਬਹੁਤ ਲੋਕਾਂ ਨੇ ਭਾਰੀ ਗਿਣਤੀ ਚ ਵੋਟਾਂ ਪਾਈਆਂ ਨੇ। ਹੁਣ ਤੱਕ ਜੋ ਲੇਟੈਸਟ ਅੰਕੜੇ ਹੈਗੇ ਆ, ਕੋਈ 57-58% ਵੋਟਾਂ ਪੈ ਚੁੱਕੀਆਂ, ਔਰ ਕਿਉਂਕਿ ਅਜੇ ਬਹੁਤ ਟਾਈਮ ਪਿਆ ਹੈਗਾ, ਜਿਹੜੇ ਮਤਲਬ ਹੁਣ ਜਿਹੜੇ ਘੰਟਾ ਦੇ ਤਕਰੀਬਨ ਪਿਆ ਹੈਗਾ ਹੈ, ਅਤੇ ਸਾਨੂੰ ਉਮੀਦ ਹੈ ਕਿ ਆਪਾਂ ਮਤਲਬ 65% ਤੱਕ ਵੋਟਿੰਗ ਫਾਈਨਲ ਅੰਕੜੇ ਆਉਣ ਦੀ ਉਮੀਦ ਹੈਗੀ ਹੈ ਜੀ। ਔਰ ਵੱਡੀ ਗੱਲ ਹੈ ਕਿ ਪਟਿਆਲੇ ਦੇ ਲੋਕਾਂ ਨੇ ਜੋ ਇੱਥੇ ਵੀ ਦੇਖ ਸਕਦੇ ਹੋ ਕਿ ਕਾਂਗਰਸੀ ਅਕਾਲੀ ਸਾਰੇ ਇਕੱਠੇ ਬੈਠੇ ਹੈਗੇ, ਮਤਲਬ ਕੋਈ ਕਿੜਤਣ ਵਾਲੀ ਗੱਲ ਕੋਈ ਨਹੀਂ। ਮੈਂ ਇਲਾਕੇ ਦੇ ਲੋਕਾਂ ਨੂੰ, ਸਾਰੇ ਹਲਕੇ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਭਾਈਚਾਰਾ ਬਣਾ ਕੇ ਰੱਖਿਆ, ਜਿਹੜੀ ਸਿਆਸੀ ਦੁਸ਼ਮਣੀ ਵਾਲੀ ਗੱਲ ਨਹੀਂ ਕੀਤੀ, ਭਾਈਚਾਰੇ ਵਾਲੀ ਗੱਲ ਕੀਤੀ ਹੈਗੀ। ਅਤੇ ਸਾਰੇ ਪਟਿਆਲੇ ਹਲਕੇ 'ਚ ਮੈਨੂੰ ਖਬਰਾਂ ਮਿਲੀਆਂ ਕਿ ਅਮਨ ਮਾਨ ਨਾਲ ਵੋਟਿੰਗ ਸਿਰੇ ਚੜ੍ਹੀ, ਹਾਲਾਂਕਿ ਗਰਮੀ ਬਹੁਤ ਸੀਗੀ, ਸ਼ਾਮ ਨੂੰ ਕੁਝ ਮੌਸਮ ਜ਼ਰੂਰ ਸੁਖਾਵਾਂ ਹੋਇਆ ਹੈਗਾ, ਪਰ ਲੋਕਾਂ ਨੇ ਫਿਰ ਵੀ ਗਰਮੀ ਵਿੱਚ ਵੀ ਨਾ ਸਵੇਰੇ 2 ਵਜੇ ਤੱਕ 45% ਵੋਟਿੰਗ ਹੋ ਚੁੱਕੀ ਸੀ। 2014 ਦੇ ਵਿੱਚ ਪਟਿਆਲਾ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਸੀ, ਹਾਂਜੀ, ਹੁਣ 2024 10 ਸਾਲ ਬਾਅਦ ਕੀ ਤੁਹਾਨੂੰ ਲੱਗਦਾ, ਨਜ਼ਰ ਕੀ ਆਉਂਦਾ? ਪੱਕਾ ਜਿਤਾ ਰਹੇ ਨੇ, ਵੱਡੀ ਇਸ ਵਾਰ ਲੀਡ ਹੈ ਉਹ ਰਿਮਾਰਕੇਬਲ ਹੋਊਗੀ, ਬਹੁਤ ਜ਼ਿਆਦਾ ਲੀਡ ਨਾਲ ਜਿੱਤਾਂਗੇ ਜੀ ਇਸ ਸੀਟ ਹੈਗੀ। ਕਿਉਂਕਿ ਇਹ ਦਾਵਾ ਬੀਜੇਪੀ ਦੇ ਕੈਂਡੀਡੇਟ ਪਰਨੀਤ ਕੌਰ ਵੀ ਕਰ ਰਹੇ ਨੇ, ਇਹ ਦਾਵਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਕਰ ਰਹੇ ਨੇ। ਦੇਖੋ, 24 ਤਾਂ ਮਤਲਬ 4 ਤਰੀਕ ਦੂਰ ਨਹੀਂ ਹੈਗੀ ਹੈ, 4 ਤਰੀਕ ਨੂੰ ਸਾਰੇ ਮਤਲਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊ, ਕਿਹੜਾ ਬੰਦਾ ਕਿੰਨੇ ਕੁ ਪਾਣੀ 'ਚ ਹੈਗਾ ਹੈ, ਉਹ 4 ਤਰੀਕ ਨੂੰ ਸਾਫ਼ ਹੋ ਜੂਗਾ। ਮੈਂ ਅੱਜ ਦੀ ਤਰੀਕ ਤੁਹਾਨੂੰ ਕਹਿ ਸਕਦਾ ਕਿ ਅਸੀਂ ਸੀਟ ਜਿੱਤਾਂਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ, ਜਿਹੜਾ ਕਿ ਪੰਜਾਬ ਸ਼ਾਇਦ ਸਭ ਤੋਂ ਵੱਧ ਮਾਰਜਨ ਹੋਊਗਾ। ਔਰ ਮੁਕਾਬਲਾ ਤੁਹਾਨੂੰ ਕਿਸ ਦੇ ਨਾਲ ਨਜ਼ਰ ਆਇਆ, ਬੀਜੇਪੀ ਨਾਲ ਜਾਂ ਆਮ ਆਦਮੀ ਪਾਰਟੀ? ਕਿਸੇ ਦਾ ਮੁਕਾਬਲਾ ਨਹੀਂ ਹੈ, 2-3-4 ਪੋਜੀਸ਼ਨ ਵਾਸਤੇ ਦਾ ਆਪਸੀ ਮੁਕਾਬਲਾ ਹੈਗਾ ਜੀ। ਮੈਂ ਲਾ ਦੂਜੇ ਨੰਬਰ 'ਤੇ ਸ਼ਾਇਦ ਆਮ ਆਦਮੀ ਪਾਰਟੀ ਆ ਜਾਵੇ, ਤੀਜੇ 'ਤੇ ਸ਼ਾਇਦ ਪਰਨੀਤ ਕੌਰ ਅਤੇ ਜਿਹੜੇ ਹੈਗੇ ਆ ਐਨ ਕੇ ਸ਼ਰਮਾ, ਉਹਨਾਂ ਵਿਚਕਾਰ ਮੁਕਾਬਲਾ ਪਲੱਸ ਮਾਈਨਸ 10,000 ਸੀਟਾਂ ਦਾ ਫਰਕ ਹੋਊਗਾ ਜੀ। ਫੈਕਟਰ ਕੀ ਨਜ਼ਰ ਆਇਆ ਇਸ ਪੂਰੇ ਇਲੈਕਸ਼ਨ ਦੇ ਵਿੱਚ, ਜਦੋਂ ਤੁਸੀਂ ਕੰਪੇਨਿੰਗ ਕੀਤੀ, ਮਾਹੌਲ ਦੇਖਿਆ, ਕੀ ਫੈਕਟਰ ਹੈ ਕਿ ਧਰਮਵੀਰ ਗਾਂਧੀ ਅਤੇ 10 ਸਾਲ ਬਾਅਦ ਦੁਬਾਰਾ ਲੋਕ ਜਿਹੜੇ ਨੇ ਉਹ ਭਰੋਸਾ ਜ਼ਾਹਰ ਕਰਨਗੇ? ਕਿਉਂਕਿ ਇੱਕ ਤਾਂ ਮੇਰਾ ਜਿਵੇਂ ਲੋਕਾਂ 'ਚ ਵਿਚਰਿਆ ਮੈਂ 10 ਸਾਲ 'ਚ ਵੀ ਜਾਂ ਉਸ ਤੋਂ ਪਹਿਲਾਂ ਵੀ, ਇੱਕ ਤਾਂ ਉਹ ਫੈਕਟਰ ਹੈਗਾ ਹੈ, ਅਤੇ ਵੱਡਾ ਫੈਕਟਰ ਹੈ ਕਿ ਲੋਕਾਂ ਨੂੰ ਇਸ ਸ਼ਾਹੀ ਪਰਿਵਾਰ ਨਾਲ, ਜਿਵੇਂ ਇਹਨਾਂ ਨੇ ਕਾਂਗਰਸ ਨੂੰ ਪਿੜ ਛੁਰਾ ਚੋਰਾ ਮਾਰਿਆ ਹੈਗਾ ਹੈ ਜਾਂ ਧੋਖਾ ਦਿੱਤਾ ਹੈਗਾ, ਜਦੋਂ 2 ਵਾਰ ਮੁੱਖ ਮੰਤਰੀ ਬਣੇ ਨੇ, 4 ਵਾਰ MP ਬਣੇ ਨੇ, 1 ਵਾਰ ਕੇਂਦਰ 'ਚ ਮੰਤਰੀ ਬਣੇ ਨੇ, ਜਦੋਂ ਕਾਂਗਰਸ ਨੂੰ ਲੋੜ ਪਈ ਹੈ ਮੋਦੀ ਦੇ ਖਿਲਾਫ਼ ਇੱਕ ਵੱਡਾ ਜਹਾਦ ਕਰਨ ਦੀ, ਤਾਂ ਇਹ ਦੋਨੋਂ ਜਣੇ ED ਤੋਂ ਡਰਦੇ ਹੋਏ, ਆਪਣੇ ਕੇਸਾਂ ਤੋਂ ਡਰਦੇ ਹੋਏ ਮੋਦੀ ਦੀ ਸ਼ਰਨ ਜਾ ਪਏ, ਅਮਿਤ ਸ਼ਾਹ ਦੀ ਸ਼ਰਨ ਵਿੱਚ ਜਾ ਪਏ। ਸੋ ਇਹ ਲੋਕਾਂ ਨੂੰ ਇਸ ਗੱਲ ਦਾ ਗੁੱਸਾ ਹੈਗਾ ਕਿ ਇਹ ਜਿਹੜੇ ਮਹਿਲਾਂ ਤੋਂ ਕਾਂਗਰਸ ਜਿਹੜੀ ਹੈਗੀ ਉਹ ਆਜ਼ਾਦ ਹੋਈ ਹੈ, ਇੱਕ ਆਮ ਆਦਮੀ ਕੋਲ, ਡਾਕਟਰ ਗਾਂਧੀ ਕੋਲ ਕਾਂਗਰਸ ਦੇ ਮਤਲਬ ਟਿਕਟ ਦੇ ਕੇ ਨਵਾਜਿਆ ਹੈਗਾ, ਅਤੇ ਅਸੀਂ ਇਹ ਬੜਾ ਬਦਲਾ ਹੈਗਾ ਇਹ ਸ਼ਾਹੀ ਖਾਨਦਾਨ ਕੋਲ ਜ਼ਰੂਰ ਲੈਣਾ, ਕਿਉਂਕਿ ਅੰਗਰੇਜ਼ਾਂ ਵੱਲੇ ਅੰਗਰੇਜ਼ ਭਗਤੀ, ਮੁਗਲਾਂ ਵੱਲੇ ਮੁਗਲ ਭਰਤੀ, ਕਾਂਗਰਸ ਵੇਲੇ ਕਾਂਗਰਸ ਭਗਤੀ। ਜਦੋਂ ਕਾਂਗਰਸ ਤੋਂ ਕੰਮ ਨਹੀਂ ਰਿਹਾ ਕੋਈ, ਕਾਂਗਰਸ ਥੋੜ੍ਹਾ ਮਤਲਬ ਢਲਾਣ 'ਤੇ ਆਈ ਹੈ ਜਾਂ ਲੋੜ ਸੀ ਉਹਨੂੰ, ਉਦੋਂ ਕਾਂਗਰਸ ਛੱਡ ਕੇ ਭਾਜਪਾ ਦੀ ਗੋਦੀ ਆਰਾਮ ਨਾਲ ਜਾ ਚੜੇ, ਉਹ ਭਾਜਪਾ ਜਿਹਨੇ 700 ਕਿਸਾਨ ਸ਼ਹੀਦ ਕੀਤੇ ਹੈ, ਜੋ ਪੰਜਾਬ ਦੁਸ਼ਮਣ ਹੈਗੀ ਹੈ, ਜੋ ਮਜ਼ਦੂਰਾਂ ਦੀ ਦੁਸ਼ਮਣ ਹੈ, ਜੋ ਕਿਸਾਨਾਂ ਦੀ ਦੁਸ਼ਮਣ ਹੈ, ਜੋ ਮਤਲਬ ਔਰਤਾਂ ਦੀ ਦੁਸ਼ਮਣ ਹੈ, ਜਿਵੇਂ ਮਹਿਲਾ ਪਹਿਲਵਾਨਾਂ ਹੋਇਆ ਤੁਸੀਂ ਸਭ ਜਾਣਦੇ ਹੋ। ਸੋ ਇਸ ਕਰਕੇ ਲੋਕਾਂ ਨੂੰ ਇਹ ਗੁਆਰਾ ਨਹੀਂ ਖਾ ਰਿਹਾ ਲੋਕਾਂ ਨੂੰ। ਦੇਸ਼ ਦਾ ਮੂਡ ਅਤੇ ਪੰਜਾਬ ਦਾ ਮੂਡ ਤੁਹਾਨੂੰ ਕੀ ਨਜ਼ਰ ਆਉਂਦਾ? ਦੇਸ਼ ਕਿੰਨੀਆਂ ਸੀਟਾਂ ਇੰਡੀਆ ਅਲਾਈਅੰਸ ਦੀਆਂ ਤੁਹਾਨੂੰ ਲੱਗਦੀਆਂ, ਕਿਉਂਕਿ ਤੁਹਾਡਾ ਆਪਣਾ ਇੱਕ ਅੰਕਲਨ ਵੀ ਹੁੰਦਾ, ਔਰ ਪੰਜਾਬ 'ਚ ਅੰਕਲਨ ਕਾਂਗਰਸ ਦਾ ਕਿੱਥੇ ਨਜ਼ਰ ਆਉਂਦਾ, ਆਮ ਆਦਮੀ ਪਾਰਟੀ ਦਾ ਕਿੱਥੇ ਆਉਂਦਾ? ਕਾਂਗਰਸ 8+2 2 ਸੀਟਾਂ ਦੀ ਲੜਾਈ ਤਕੜੀ ਹੈਗੀ ਜੀ, ਤੇ ਦੇਸ਼ ਵਿੱਚ 300+ 5 ਹੋਵੇ 10 ਹੋਵੇ 300+ ਇੰਡੀਆ ਅਲਾਇੰਸ ਉਹ ਲੈ ਕੇ ਜਾਓ। ਤੁਸੀਂ ਕਹਿ ਰਹੇ 300+ ਇੰਡੀਆ ਅਲਾਇੰਸ ਲੈ ਕੇ ਜਾਓ। 8 ਤੇ 2 ਤੁਸੀਂ ਕਿਹੜੀਆਂ ਸੀਟਾਂ ਮੰਨ ਕੇ ਚੱਲਦੇ ਹੋ ਕਿ ਇਹ 8 ਸੀਟਾਂ ਸਾਡੀਆਂ ਪੱਕੀਆਂ ਨੇ?
ਨਹੀਂ ਦੇਖੋ ਕੁਛ ਸੀਟਾਂ ਦਾ ਕੋਈ ਰੌਲਾ ਨਹੀਂ ਹੈਗਾ, ਜਿਵੇਂ ਗੁਰਦਾਸਪੁਰ ਦੀ ਸੀਟ ਹੈ, ਅੰਮ੍ਰਿਤਸਰ ਦੀ ਸੀਟ ਹੈ, ਪਟਿਆਲੇ ਦੀ ਸੀਟ ਹੈ, ਖਹਿਰਾ ਸਾਹਿਬ ਦੀ ਸੀਟ ਹੈਗੀ ਹੈ, ਇਵੇਂ ਚੰਨੀ ਸਾਹਿਬ ਦੀ ਸੀਟ ਹੈ, ਬ੍ਰਿੰਗ ਸਾਹਿਬ ਦੀ ਸੀਟ ਹੈ, ਸੋ 8 ਸੀਟਾਂ ਇਹ ਬਣ ਜਾਂਦੀਆਂ ਹੈਗੀਆਂ। 2 ਸੀਟਾਂ ਦੇ ਮੁਕਾਬਲਾ ਹੈਗਾ, ਜਿਹੜੀ ਇੱਕ ਤਾਂ ਹੈਗੀ ਹੈ ਖਡੂਰ ਸਾਹਿਬ ਦੀ ਅਤੇ ਇੱਕ ਫਰੀਦਕੋਟ, ਜਿੱਥੇ ਮੁਕਾਬਲਾ ਥੋੜ੍ਹਾ ਸਖ਼ਤ ਹੈ। ਔਰ ਹੁਸ਼ਿਆਰਪੁਰ ਤੁਹਾਨੂੰ ਕੀ ਲੱਗਦਾ? ਹੁਸ਼ਿਆਰਪੁਰ ਵੀ ਮਤਲਬ ਮੈਂ ਜਿਹੜੀਆਂ ਮਤਲਬ ਮੈਂ ਤਾਂ 8+2 ਤਾਂ ਹੀ ਕਿਹਾ, ਬਾਕੀ 3 ਸੀਟਾਂ 'ਚ ਨਾ ਮੈਂ ਜੇ ਕੁਛ ਨਹੀਂ ਕਿਹਾ ਜਾ ਸਕਦਾ ਜੀ। ਵੱਡੀ ਸੀਟ ਮੇਰੀ ਸੀਟ ਪੱਕੀ 100%। ਲੇਕਿਨ ਸੰਗਰੂਰ ਵਾਲੇ ਕਹਿ ਰਹੇ ਕਿ ਮੀਤ ਹੇਅਰ ਉੱਥੇ ਜ਼ਿਆਦਾ ਮਜ਼ਬੂਤ ਨਜ਼ਰ ਆਉਂਦਾ। ਨਹੀਂ ਉਹ ਕਹਿੰਦੀਆਂ ਗੱਲਾਂ ਨੇ ਜੀ, ਜਦੋਂ ਅੰਤਿਮ ਟੈਲੀ ਆਊਗੀ ਉਦੋਂ ਪਤਾ ਲੱਗੂਗਾ ਕਿ ਵੀ ਕਿਹੜਾ ਮਜ਼ਬੂਤ ਹੈ ਕਿਹੜਾ ਨਹੀਂ ਮਜ਼ਬੂਤ ਹੈਗਾ। ਐਂਟੀ ਕਮੈਂਸੀ ਫੈਕਟਰ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਬਹੁਤ ਜ਼ਿਆਦਾ ਹੈਗਾ, ਇਹਨਾਂ ਦੀ ਕੋਈ ਪ੍ਰਾਪਤੀਆਂ ਗਿਣਾਉਣ ਨੂੰ ਹੈ ਨਹੀਂ। 2 ਸਾਲ 'ਚ ਇਹ ਪਾਰਟੀ ਲੋਕਾਂ ਦੇ ਨੱਕੋ ਬੋਲੋ ਲੱਥ ਗਈ ਹੈਗੀ ਹੈ। ਤੁਸੀਂ ਕਿਹਾ 8+2, ਹਾਂਜੀ, ਅਤੇ ਆਮ ਆਦਮੀ ਪਾਰਟੀ ਦੀਆਂ ਕਿੰਨੀਆਂ ਤੁਹਾਨੂੰ ਲੱਗਦੀ? ਮੈਨੂੰ ਲੱਗਦਾ 1 ਸੀਟ ਆਊਗੀ ਵੱਧ ਤੋਂ ਵੱਧ ਪੰਜਾਬ 'ਚ। ਔਰ ਅਕਾਲੀ ਔਰ ਬੀਜੇਪੀ? ਇੱਕ ਅਕਾਲੀ ਦਲ, ਇੱਕ ਬੀਜੇਪੀ ਲਿਆ ਸਕਦੀ ਹੈ। ਔਰ 2 ਸੀਟਾਂ ਦੇ ਜਿਹੜੀ ਫਾਈਟ ਆ ਉੱਥੇ ਕੌਣ ਕੌਣ? ਅਭੀ ਤਾਂ ਕਾਂਗਰਸ ਹੀ ਆਊਗੀ ਉੱਥੇ, ਕਾਂਗਰਸ। ਔਰ ਕਿਉਂਕਿ ਹੁਣ ਇੰਡੀਆ ਅਲਾਇੰਸ ਦੀ ਮੀਟਿੰਗ ਵੀ ਹੋਈ ਹੈ ਦਿੱਲੀ ਦੇ ਵਿੱਚ, ਹਾਂਜੀ, ਉੱਥੇ ਇਹ ਵੀ ਤੈਅ ਕਰਨਾ ਹੈ ਕਿੱਥੇ ਕਿੰਨੀਆਂ ਕਿਵੇਂ ਕਿੰਨੀਆਂ ਸੀਟਾਂ ਆਉਣੀਆਂ, ਜੇ ਸਰਕਾਰ ਬਣਦੀ ਹੈ ਤੇ ਮੰਤਰੀ ਕੌਣ ਕੌਣ ਬਣੇਗਾ। ਪਟਿਆਲਾ ਤੋਂ ਤੁਸੀਂ 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 ਉਸ ਤੋਂ ਪਹਿਲਾਂ ਇਹ ਹੈ ਕਿ ਇੰਡੀਆ ਅਲਾਇੰਸ ਨੂੰ ਕਿਵੇਂ ਕੰਟੈਕਟ ਰੱਖਣਾ ਹੈਗਾ, ਕਿਵੇਂ ਭਾਜਪਾ ਜਿਹੜੀ ਪੈਸੇ ਨਾਲ ਜਦ ਖਰੀਦ ਕਰਦੀ ਹੈਗੀ ਹੈ, ਅਮਾਨੀਆਂ ਨੇ ਕੋਈ ਖਰਬਾਂ ਰੁਪਏ ਖਰਚੇ, ਉਹ 50,000 ਕਰੋੜ ਖਰਚ ਸਕਦੇ ਹੈ, ਕਿਉਂਕਿ ਮੋਦੀ ਸੱਤਾ 'ਚ ਬਾਹਰ ਨਾ ਜਾਵੇ ਤਾਂ ਕਿ ਇਹਨਾਂ ਦੇ ਸਾਰੇ ਭੇਤ ਨਾ ਖੁੱਲ੍ਹਣ, ਜੋ ਇਹਨਾਂ ਨੇ ਮੁਲਕ 10 ਸਾਲ ਗੰਦ ਪਾਇਆ ਹੈਗਾ, ਸਾਰਾ ਮੁਲਕ ਵੇਚਿਆ ਹੈਗਾ, ਉਹ ਲੋਕਾਂ ਦੇ ਸਾਹਮਣੇ ਨਾ ਆਵੇ। ਸਾਨੂੰ ਕੀ ਲੱਗਦਾ ਕਿ ਅਗਰ ਇੰਡੀਆ ਅਲਾਇੰਸ ਜਿੱਤ ਜਾਂਦੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਚਿਹਰਾ ਕੌਣ ਹੋ ਸਕਦਾ ਵਾ? ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਚਿਹਰੇ ਹੋ ਸਕਦੇ? ਅਲਾਇੰਸ ਬਹੁਤ ਬੰਦੇ ਨੇ, ਖੜਗੇ ਸਾਹਿਬ ਦਾ ਨਾਂ ਆ ਰਿਹਾ ਹੈਗਾ, ਰਾਹੁਲ ਹੋਣ ਦਾ ਨਾਂ ਆ ਰਿਹਾ ਹੈਗਾ, ਕਈ ਲੋਕ ਮਮਤਾ ਬੈਨਰਜੀ ਦਾ ਨਾਂ ਵੀ ਲੈ ਰਹੇ, ਲੋਕਾਂ ਉਹਨਾਂ ਦੀ ਆਪਣੀ ਵਿਸਤ ਵਿੱਚ ਆਪ ਇੰਨੇ ਕੇਜਰੀਵਾਲ ਕਹਿੰਦਾ ਮੈਂ ਸ਼ਾਮਿਲ ਨਹੀਂ ਹੈਗਾ, ਆਪਣੇ ਮੂੰਹੋਂ ਕਹਿ ਗਏ ਉਹ ਕਿ ਮੈਂ ਪਹਿਲਾਂ ਸ਼ੁਰੂ ਸ਼ੁਰੂ ਸੀਗੀ ਕਿ ਮੈਂ ਸ਼ਾਮਿਲ ਹੋਊਂਗਾ, ਮੈਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਸਕਦਾ, ਆਪਣੇ ਆਪ ਵਿਡਰਾਅ ਕਰ। ਡਾਕਟਰ ਗਾਂਧੀ ਦੀ ਪਸੰਦ ਕੌਣ ਹੈ? ਮੇਰੀ ਪਸੰਦ ਤਾਂ ਦੇਖੋ ਕਾਂਗਰਸ ਪਾਰਟੀ ਹੈਗੀ ਹੈ, ਕਾਂਗਰਸ ਪਾਰਟੀ 'ਚੋਂ ਮੇਰੀ ਪਸੰਦ ਹੈ। ਜੇ ਰਾਹੁਲ ਹੋਣੀ ਮੰਨਣ, ਮੇਰਾ ਖਿਆਲ ਉਹ ਬੰਦਾ ਨਾ ਡਿਫਰੈਂਟ ਰੋਲ 'ਚ ਆ ਰਿਹਾ ਹੈਗਾ, ਉਹ ਕਿੰਗ ਮੇਕਰ ਦੇ ਰੋਲ 'ਚ ਹੋਊਗਾ, ਆਪਣੀ ਬਣਨਾ ਚਾਹੂਗਾ। ਉਹ ਇੱਕ ਜਿਹੜਾ ਸਾਰੀ ਰਾਜਨੀਤਿਕ ਪਾਰਟੀਆਂ ਵਾਸਤੇ ਜੋ ਇੱਕ ਛਤਰੀ ਹੈਗੀ ਨਾ, ਜੋ ਇੱਕ ਮੋਰਲ ਇੱਕ ਅਥਾਰਟੀ ਹੈਗੀ ਹੈ, ਉਹ ਰਾਹੁਲ ਗਾਂਧੀ ਬਣ ਚੁੱਕੀ ਹੈ ਸਾਰੀਆਂ, ਚਾਹੇ ਕਲੇਸ਼ ਹੋਵੇ, ਚਾਹੇ ਉਹ ਆਪਣਾ ਤੇਜਸਵੀ ਯਾਦਵ ਹੋਵੇ, ਚਾਹੇ ਉਹ ਹੋਰ, ਚਾਹੇ ਉਧਵ ਠਾਕਰੇ ਹੋਵੇ, ਰਾਹੁਲ ਗਾਂਧੀ ਇੱਕ ਨਾ ਓਵਰ ਆਰਚਿੰਗ ਸਾਰਿਆਂ ਦੇ ਉੱਤੇ ਇੱਕ ਮੋਰਲ ਅਥਾਰਟੀ ਵਾਲੀ ਆਪਣੀ ਜਿਹੜੀ ਸ਼ਖਸੀਅਤ ਹੈ ਉਹਨੂੰ ਰੱਖਣਾ ਚਾਹੁੰਦੇ ਆ। ਉਹ ਸੱਤਾ ਦਾ ਲਾਲਚੀ ਬਿਲਕੁਲ ਨਹੀਂ ਹੈਗਾ ਹੈ। ਖੜਗੇ ਸਾਹਿਬ ਤਾਂ ਮੇਰਾ ਖਿਆਲ ਚੋਇਸ ਜਾਊਗੀ, ਅਤੇ ਰਾਹੁਲ ਗਾਂਧੀ ਜੇ ਬਹੁਤ ਪ੍ਰੈਸ਼ਰ ਪਿਆ ਤਾਂ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਬਣ ਸਕਦੇ ਹੈ। ਚਲੋ, ਧੰਨਵਾਦ ਤੁਹਾਡਾ ਸਮਾਂ ਦਿੱਤਾ। ਤਾਂ ਡਾਕਟਰ ਗਾਂਧੀ ਹੋਰੀ ਕਹਿ ਰਹੇ ਨੇ ਕਿ ਪਟਿਆਲੇ ਤੋਂ ਜਿੱਤ ਔਰ ਭਵਿੱਖਬਾਣੀ ਕਰ ਰਹੇ ਨੇ ਕਿ 8+2 ਦਾ ਫਾਰਮੂਲਾ ਪੰਜਾਬ ਦੇ ਵਿੱਚ ਹੋ ਸਕਦਾ। 8 ਸੀਟਾਂ ਕਾਂਗਰਸ ਜਿੱਤ ਰਹੀ ਹੈ, 2 ਤੇ ਫਾਈਟ ਹੈ। ਹਾਲਾਂਕਿ ਇਹ ਫੈਸਲਾ ਨਤੀਜਾ ਜਿਹੜਾ ਵਾ ਉਹ 4 ਤਰੀਕ ਨੂੰ ਆਉਣਾ, ਲੇਕਿਨ ਆਪਣੇ ਦਾਅਵੇ ਜਿਹੜੇ ਨੇ ਉਹ ਤਮਾਮ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ। ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਸਮਾਣਾ।